ਬਿਲਕੁਲ ਉਸ ਏਜੰਡੇ ਤੇ ਪੂਰੇ ਉਤਰਦੇ ਹੈ। ਵਿਧਾਨ ਸਭਾ ਦੇ ਵਿੱਚ ਤੁਸੀਂ ਉਹਨਾਂ ਨੂੰ ਬੋਲਦੇ ਦੇਖਿਆ ਹੋਣਾ, ਨਵਾਂ ਸ਼ਹਿਰ ਤੋਂ ਸ਼ਹੀਦ ਭਗਤ ਸਿੰਘ ਹੋਰਾਂ ਦੀ ਧਰਤੀ ਨੂੰ ਉਹ ਰੀਪ੍ਰੈਜੈਂਟ ਕਰਦੇ ਹੈ। ਡਾਕਟਰ ਸੁਖਵਿੰਦਰ ਸੁੱਖੀ ਜੀ MLA ਨੇ ਤੇ ਦਬੇ ਕੁਚਲੇ ਲੋਕਾਂ ਲਈ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਚੱਲਦੇ ਨੇ। ਆਪਣਾ ਇੱਕ ਕਲੀਨਿਕ ਹੈ ਜਿੱਥੇ MLA ਹੋਣ ਦੇ ਬਾਵਜੂਦ ਵੀ ਗਰੀਬਾਂ ਦੇ ਮੁਫਤ ਇਲਾਜ, ਆਮ ਲੋਕਾਂ ਨੂੰ ਆਪਣੀ ਡਾਕਟਰੀ ਮਹਾਰਤ ਜਿਹੜੀ ਪਰਮਾਤਮਾ ਨੇ ਬਖਸ਼ੀ ਹੈ ਉਹ ਤੋਂ ਆਮ ਲੋਕਾਂ ਨੂੰ ਰਾਹਤ ਦਿੰਦੇ ਆ, ਲੋਕਾਂ ਦਾ ਇਲਾਜ ਕਰਦੇ ਆ ਅਤੇ ਨਾਲ ਦੀ ਨਾਲ ਉਹਨਾਂ ਦੀ ਡਿਊਟੀ ਲੋਕਾਂ ਨੇ ਸਮਾਜ ਦਾ ਆਪਰੇਸ਼ਨ ਕਰਨ ਦੀ ਵੀ ਲਾਈ ਹੋਈ ਹੈ। ਸੋ ਅੱਜ ਬਹੁਤ ਸਾਰੇ ਸਾਥੀ ਸਾਡੇ ਪਾਰਟੀ ਦੇ ਬੈਠੇ ਨੇ, ਜਦ ਡਾਕਟਰ ਸੰਦੀਪ ਪਾਠਕ ਬੈਠੇ ਨੇ, ਸੰਗਠਨ ਦੇਖਦੇ ਨੇ, ਸਾਡੇ SC ਵਿੰਗ ਦੇ ਪ੍ਰਧਾਨ MLA ਮਹਿਲ ਕਲਾਂ ਕੁਲਵੰਤ ਪੰਡੋਰੀ ਜੀ ਬੈਠੇ ਨੇ ਅਤੇ ਡਾਕਟਰ ਸਾਹਿਬ ਦੇ ਨਾਲ ਆਏ ਨੇ, ਇਹ ਵੀ SC ਵਿੰਗ ਦੇ ਪ੍ਰਧਾਨ ਨੇ ਨਵਾਂ ਸ਼ਹਿਰ ਦੇ, ਕੀ ਨਾਮ ਹੋਣ, ਸੋਹਣ ਲਾਲ ਟਾਂਡਾ ਜੀ, ਉਹ ਵੀ ਇੱਥੇ ਪਹੁੰਚੇ ਨੇ, ਧੰਨਵਾਦ ਹੈ ਉਹਨਾਂ ਦੇ ਨਾਲ। ਉਹਨਾਂ ਦੇ ਸਾਥੀ ਬਹੁਤ ਸਾਰੇ ਡਾਕਟਰ ਨੇ, ਬਹੁਤ ਸਾਰੇ ਸਮਾਜ ਸੇਵੀ ਨੇ, ਬਹੁਤ ਸਾਰੇ ਇਹਨਾਂ ਦੇ ਨਾਲ ਜੁੜੇ ਹੋਏ ਨੇ। ਵੈਸੇ ਵੀ ਡਾਕਟਰ ਕਮਿਊਨਿਟੀ ਦੀ ਆਮ ਆਦਮੀ ਪਾਰਟੀ ਨਾਲ ਕਾਫੀ ਮਿਲਦੀ ਹੈ, ਸਟਾਰ ਮਿਲਦੇ ਹੈ, ਜਿਹਦੇ ਸਾਡੇ ਕੋਲ ਡਾਕਟਰ ਬਲਜੀਤ ਕੌਰ ਹੈ, ਡਾਕਟਰ ਬਲਵੀਰ ਸਿੰਘ ਹੈ, ਡਾਕਟਰ ਚੰਨੀ ਹੈ ਚਮਕੌਰ ਸਾਹਿਬ ਵਾਲੇ, ਡਾਕਟਰ ਰਵਜੋਤ ਹੈ, ਡਾਕਟਰ ਅਜੇ ਗੁਪਤਾ ਹੈ, ਡਾਕਟਰ ਵਿਜੇ ਸਿੰਗਲਾ, ਡਾਕਟਰ ਸਾਡੇ ਸਭ ਤੋਂ ਵੱਡੀ ਗੱਲ ਤਾਂ ਘਰੇ ਵੀ ਡਾਕਟਰ ਹੈ, ਭੁੱਲ ਹੀ ਗਏ ਸੀ ਰੋਟੀ ਖਾਣੀ ਹੈ ਭਾਈ, ਸਭ ਤੋਂ ਵੱਡੀ ਗੱਲ ਤਾਂ ਘਰੇ ਵੀ ਡਾਕਟਰ ਹੈ, ਉਹ ਭੁੱਲ ਹੀ ਗਏ ਸੀ ਰੋਟੀ ਖਾਣੀ ਹੈ ਭਾਈ। ਸੋ ਡਾਕਟਰ ਕਮਿਊਨਿਟੀ ਨਾਲ ਸਟੂਡੈਂਟ ਵੀ ਨੇ ਜਿਹੜੇ ਪੜ੍ਹ ਰਹੇ ਸੀ ਅਤੇ ਟਿਕਟਾਂ ਮਿਲ ਗਈਆਂ ਅਤੇ ਜਿੱਤ ਗਏ, ਸਾਡੇ ਕੋਲ ਟੀਚਰ ਵੀ ਨੇ, ਪ੍ਰੋਫੈਸਰ ਵੀ ਨੇ, ਆਰਟਿਸਟ ਵੀ ਨੇ। ਸੋ ਸਾਡੇ ਕੋਲ ਸਮਾਜ ਦਾ ਹਰ ਵਰਗ ਹੈ ਸਾਡੇ ਕੋਲ, ਆਮ ਆਦਮੀ ਪਾਰਟੀ ਆਮ ਆਦਮੀ ਹੈ, ਹਰੇਕ ਵਰਗ ਤੋਂ ਆਮ ਆਦਮੀ, ਜਦਕਿ ਦੂਜੀਆਂ ਪਾਰਟੀਆਂ 'ਚ ਸਿਰਫ ਉਹਨਾਂ ਦੇ ਪੁੱਤ ਭਤੀਜੇ, ਉਹਨਾਂ ਦੇ ਸਾਲੇ ਜੀਜੇ, ਉਹੀ ਚੱਲੀ ਜਾਂਦਾ ਸੀ। ਸੋ ਉਹ ਹੁਣ ਨੈਕਸਸ ਜਿਹੜਾ ਟੁੱਟ ਗਿਆ। ਸੋ ਡਾਕਟਰ ਸਾਹਿਬ ਬਾਰੇ ਮੈਂ ਇਹੀ ਕਹੂੰਗਾ, ਜਦੋਂ ਵਿਧਾਨ ਸਭਾ 'ਚ ਵੀ ਬੋਲਦੇ ਸੀਗੇ ਤਾਂ ਹਮੇਸ਼ਾ ਟੂ ਦਾ ਪੁਆਇੰਟ ਅਤੇ ਆਪਣੇ ਲੋਕਾਂ ਦੀ ਗੱਲ ਕਰਦੇ ਸੀ ਅਤੇ ਸਪੀਕਰ ਸਾਹਿਬ ਇਹਨਾਂ ਨੂੰ ਮੌਕਾ ਵੀ ਪੂਰਾ ਖੁੱਲ੍ਹਾ ਦਿੰਦੇ ਸੀ, ਕਿਉਂਕਿ ਪਤਾ ਲੱਗ ਜਾਂਦਾ ਕਿ ਕੋਈ ਸ਼ੋਰ ਸ਼ਰਾਬੇ ਵਾਲੀ ਗੱਲ ਨਹੀਂ ਕਰਨੀ, ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਨੀ, ਸਿਰਫ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੈ, ਆਪਣੇ ਇਲਾਕੇ ਦੇ ਮੰਗਾਂ ਦੀ ਗੱਲ ਕਰਨੀ ਹੈ। ਤਾਂ ਫਿਰ ਉਹ ਉਸ MLA ਨੂੰ ਜਾਂ ਉਸ MP ਨੂੰ ਟਾਈਮ ਮਿਲਣ ਲੱਗ ਜਾਂਦਾ, ਜਿਸ ਤਰ੍ਹਾਂ ਮੈਂ ਵੀ 8 ਸਾਲ ਲਾ ਕੇ ਆਇਆ ਪਾਰਲੀਮੈਂਟ 'ਚ, ਤਾਂ ਸਪੀਕਰ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਫਾਲਤੂ ਗੱਲ ਨਹੀਂ ਕਰਨੀ, ਇਹਨੇ ਆਪਣੀ ਗੱਲ ਕਰਕੇ ਬਹਿ ਜਾਣਾ।
ਤਾਂ ਫਿਰ ਟਾਈਮ ਮਿਲ ਜਾਂਦਾ ਬੋਲਣ ਦਾ। ਜਿਹਨੇ ਹੁਣ ਕੋਈ ਕੰਟਰੋਵਰਸੀ ਕ੍ਰੀਏਟ ਕਰਨੀ ਹੈ ਹਰ ਵਕਤ, ਫਿਰ ਸਪੀਕਰ ਨੂੰ ਵੀ ਇਹ ਲੱਗਣ ਲੱਗ ਜਾਂਦਾ ਕਿ ਇਹਦੇ ਬੋਲਣ ਨਾਲ ਕਿਤੇ ਕੋਈ ਰੌਲਾ ਨਾ ਪੈ ਜਾਏ, ਇਸ ਕਰਕੇ ਫਿਰ ਇਗਨੋਰ ਕਰਨ ਲੱਗ ਜਾਂਦੇ ਆ। ਪਰ ਡਾਕਟਰ ਸਾਹਿਬ ਨੇ ਜਿੰਨਾ ਵੀ ਬੋਲਿਆ ਰਿਕਾਰਡ ਉੱਤੇ ਪਿਆ ਸਾਰਾ, ਤੁਸੀਂ ਵੀ ਆਪਣੇ ਕੈਮਰਾ ਰਾਹੀਂ ਉਹਨੂੰ ਟੈਲੀਕਾਸਟ ਕੀਤਾ ਹੋਊਗਾ ਕਿ ਜਿੰਨਾ ਵੀ ਬੋਲਿਆ ਉਹ ਆਪਣੇ ਲੋਕਾਂ ਦੇ ਹੱਕ 'ਚ ਬੋਲਿਆ, ਜਿਸ ਏਜੰਡੇ ਨੂੰ ਲੈ ਕੇ ਜਿੱਤ ਕੇ ਆਏ ਨੇ ਉਸ ਏਜੰਡੇ ਨੂੰ ਲੈ ਕੇ ਬੋਲਿਆ। ਔਰ ਮੇਰੇ ਕੋਲ ਆ ਕੇ ਕਈ ਵਾਰ ਜਿਹੜਾ ਮੇਰੇ ਕੋਲ ਮੰਗ ਪੱਤਰ ਦੇ ਕੇ ਕਿ ਮੈਂ ਆਹ ਸ਼ਹਿਰ 'ਚ ਆਹ ਚਾਹੁੰਦਾ, ਮੈਂ ਪਿੰਡਾਂ 'ਚ ਆਹ ਪ੍ਰੋਬਲਮ ਹੈ, ਸਾਨੂੰ ਫੰਡ ਦਿਓ। ਸੋ ਅਸੀਂ ਇਸ ਪੱਖੋਂ ਕਦੇ ਵੀ ਇਹਨਾਂ ਨੂੰ ਇਨਕਾਰ ਨਹੀਂ ਕੀਤਾ, ਚੱਲ ਕੇ ਆਉਂਦੇ ਰਹੇ, ਘੰਟਾ ਘੰਟਾ ਅਸੀਂ ਮਿਲ ਕੇ ਬਹਿ ਕੇ ਗੱਲ ਵੀ ਕਰਦੇ ਰਹੇ ਕਿ ਤੁਸੀਂ ਦੱਸੋ, ਕੋਈ ਗੱਲ ਨਹੀਂ ਮੇਰੇ ਲਈ, ਕੋਈ ਇਹ ਨਹੀਂ ਹੈਗਾ ਕਿ ਜੇ ਕੋਈ MLA ਜਿਹੜਾ ਉਹ ਵਿਰੋਧੀ ਧਿਰ ਦਾ ਤਾਂ ਮੈਂ ਉੱਥੇ ਉਸ ਲੋਕਾਂ ਨੂੰ ਸਜ਼ਾ ਦੇਵਾਂ, ਮੈਂ ਉੱਥੇ ਕਿ ਮੈਂ ਉੱਥੇ ਗ੍ਰਾਂਟ ਨਾ ਦੇਵਾਂ ਜਾਂ ਉੱਥੇ ਵਿਕਾਸ ਦੇ ਕੰਮਾਂ 'ਤੇ ਕੋਈ ਰੋਕ ਲਾਵਾਂ। ਅਸੀਂ ਇਸ ਤਰ੍ਹਾਂ ਦੀ ਜਿਹੜੀ ਛੋਟੀ ਰਾਜਨੀਤੀ ਨਹੀਂ ਕਰਦੇ, ਜਿਹੜੀ ਕਿ ਇਹ ਕਰਦੇ ਰਹੇ ਆ ਪਹਿਲਾਂ ਜਿਹੜੇ ਬਾਕੀ ਰਵਾਇਤੀ ਪਾਰਟੀਆਂ ਵਾਲੇ ਕਿ ਜੇ ਇਸ ਗਲੀ 'ਚੋਂ ਸਾਨੂੰ ਵੋਟਾਂ ਨਹੀਂ ਪਈਆਂ ਤਾਂ ਉਹਦੀਆਂ ਦੋ ਪੁਲੀਆਂ ਹੀ ਪੱਟ ਦਿਓ, ਅਤੇ ਬਾਅਦ 'ਚ ਕਹੀ ਜਾਓ ਲੈ ਪੁਲੀਆਂ ਬਣਵਾ ਕੇ ਦਿਖਾਓ ਹੁਣ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ। ਇਸ ਕਿਸਮ ਦੀ ਛੋਟੀ ਰਾਜਨੀਤੀ ਅਸੀਂ ਨਹੀਂ ਕਰਦੇ। ਮੈਂ ਜਦ ਜਿਸ ਦਿਨ ਰਿਜ਼ਲਟ ਆਇਆ ਸੀ 10 ਮਾਰਚ ਨੂੰ, ਮੈਂ ਉਸੇ ਦਿਨ ਵੀ ਕਿਹਾ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ, ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ, ਪਰ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਹਾਂ। ਸੋ ਮੁੱਖ ਮੰਤਰੀ ਤਾਂ ਮੈਂ ਸਾਰੇ ਪੰਜਾਬੀਆਂ ਦਾ, ਕਸਟੋਡੀਅਨ ਤਾਂ ਮੈਂ 3.5 ਕਰੋੜ ਲੋਕਾਂ ਦਾ ਹੀ ਹਾਂ। ਸੋ ਮੈਂ ਕੋਈ ਦਰਿਆਤ ਜਾਂ ਕੋਈ ਪੱਖਪਾਤ ਕਦੇ ਨਹੀਂ ਕਰਦਾ। ਮੇਰੇ ਲਈ ਨਕੋਦਰ ਵੀ ਇਹੋ ਜਿਹਾ, ਮੇਰੇ ਲਈ ਨਵਾਂਸ਼ਹਿਰ ਵੀ ਇਹੋ ਜਿਹਾ, ਬੰਗਾ ਵੀ ਇਹੋ ਜਿਹਾ, ਮੇਰੇ ਲਈ ਮੂਣਕ ਵੀ ਇਹੋ ਜਿਹਾ, ਭਵਾਨੀਗੜ੍ਹ ਵੀ ਇਹੋ ਜਿਹਾ, ਮੇਰੇ ਲਈ ਘਨੌਰ ਵੀ ਇਹੋ ਜਿਹਾ, ਮੇਰੇ ਲਈ ਸਨੌਰ ਵੀ ਇਹੋ ਜਿਹਾ। ਸੋ ਜੇ ਪੰਜਾਬ ਦੇ ਵਿੱਚ ਕੋਈ ਤਰੱਕੀ ਹੋਊਗੀ, ਸਾਰੇ ਪੰਜਾਬ 'ਚ ਕਿਤੇ ਵੀ ਤਰੱਕੀ ਹੋਊਗੀ, ਤਾਂ ਉਹਦਾ ਜਿਹੜਾ ਸ਼ਾਬਾਸ਼ੀ ਮਿਲੂਗੀ। ਕੱਲ੍ਹ ਬੱਚਿਆਂ ਨੂੰ ਨਿਯੁਕਤੀ ਪੱਤਰ ਵੰਡੇ, ਆਪ ਬੋਲ ਰਹੇ ਸੀ, ਕੋਈ ਗੁਜਗਰਾਓਂ ਤੋਂ ਸੀ, ਕੋਈ ਮੁਕਤਸਰ ਤੋਂ ਸੀ, ਕੋਈ ਫਾਜ਼ਿਲਕਾ ਤੋਂ ਸੀ, ਕੋਈ ਬਠਿੰਡੇ ਤੋਂ ਸੀ, ਕੋਈ ਸੰਗਰੂਰ ਤੋਂ ਸੀ, ਕੋਈ ਅੰਮ੍ਰਿਤਸਰ ਤੋਂ ਸੀ, ਸਾਰੇ ਪੰਜਾਬ ਤੋਂ ਆਏ ਹੋਏ ਸੀ। ਅਤੇ ਉਹ ਦੱਸ ਰਹੇ ਸੀ ਆਪਣੀਆਂ ਕਹਾਣੀਆਂ ਕਿ ਬਾਹਰ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ, ਪਰ ਅਸੀਂ ਬਦਲਤਾ, ਹੁਣ ਅਸੀਂ ਇੱਥੇ ਰਹਿ ਕੇ ਜਿਹੜਾ ਉਹ ਆਪਣੀ ਤਰੱਕੀ ਕਰਾਂਗੇ, ਪੜ੍ਹਾਂਗੇ। ਅਤੇ ਆਮ ਆਦਮੀ ਪਾਰਟੀ ਜੋ ਐਜੂਕੇਸ਼ਨ ਅਤੇ ਹੈਲਥ ਉਹਨਾਂ ਦੀ ਪ੍ਰਾਇਓਰਟੀ ਹੈ ਅੱਜ ਵੀ, ਕਿ ਪੂਰਾ ਦੀਵਾਲ ਕਰੇਗਾ ਪੂਰਾ, ਉੱਥੇ ਨਾਰਾ ਦਿੰਦੇ ਰਹੇ ਹਾਂ ਜਦੋਂ ਸਕੂਲ ਬਣਾਉਂਦੇ ਰਹੇ ਹਾਂ ਉੱਥੇ ਅਸੀਂ। ਤਾਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ, ਉਹਨਾਂ ਨੂੰ ਸਕੂਲ ਦੇ ਵਿੱਚ ਕਲਾਸ 'ਚ ਬੈਠਣ ਨਹੀਂ ਦਿੱਤਾ ਜਾਂਦਾ ਸੀ, ਛੂਆ ਛੂਤ ਦਾ ਇੰਨਾ ਜ਼ਮਾਨਾ ਸੀ, ਉਹ ਪਰਾਂ ਬਹਿ ਜਾਂਦੇ ਸੀ। ਫਿਰ ਜਦੋਂ ਪੀਰੀਅਡ ਖਤਮ ਹੁੰਦਾ ਸੀਗਾ ਤਾਂ ਉਹ ਆਪਣੇ ਜਿਹੜੇ ਸਹਿਪਾਠੀ ਸੀ ਉਹਨਾਂ ਤੋਂ ਪੁੱਛਦੇ ਹੁੰਦੇ ਸੀ, ਤੈਨੂੰ ਕੀ ਪੜ੍ਹਾਇਆ, ਉਹ ਮੈਨੂੰ ਪੜ੍ਹਾ ਦੇ। ਇੱਥੋਂ ਪੜ੍ਹ ਕੇ ਉਹਨਾਂ ਨੇ ਬਾਅਦ ਦੇ ਵਿੱਚ ਅਮੈਰੀਕਾ ਤੋਂ, ਲੰਡਨ ਤੋਂ PhDਆਂ ਕੀਤੀਆਂ। ਹਾਲਾਂਕਿ ਕੋਈ ਫਾਈਨੈਂਸ਼ਲੀ ਸੌਂਗ ਨਹੀਂ ਸੀ। ਉਹਨਾਂ ਨੇ ਫਿਰ ਇੱਕ ਕਥਨ ਲਿਖਿਆ ਕਿ ਵਿੱਦਿਆ ਜਿਹੜੀ ਹੈ ਉਹ ਇੱਕ ਸ਼ੇਰਨੀ ਦੇ ਦੁੱਧ ਵਰਗੀ ਹੈ, ਜਿਹੜਾ ਇਹਨੂੰ ਪੀਊਗਾ ਉਹ ਤਾਂ ਦਹਾੜੂ ਵੀ ਦਹਾੜੂਗਾ। ਸੋ ਸਾਡਾ ਵੀ ਇਹ ਏਜੰਡਾ ਹੈ ਕਿ ਅਸੀਂ ਐਜੂਕੇਸ਼ਨ ਗਰੀਬਾਂ ਦੇ ਬੱਚਿਆਂ ਨੂੰ ਖਾਸ ਤੌਰ 'ਤੇ ਦੇਈਏ, ਜੋ ਸਕੂਲ ਆਫ ਐਮੀਨੈਂਸ 'ਚ ਅਸੀਂ ਸਮਾਰਟ ਸਕੂਲ ਬਣਾ ਰਹੇ ਹਾਂ, ਗਰੀਬਾਂ ਦੇ ਬੱਚੇ ਪੜ੍ਹ ਕੇ। ਇਸ ਵਾਰ 158 ਬੱਚੇ JEE ਦਾ ਟੈਸਟ ਪਾਸ ਕਰ ਗਏ, 158 ਬੱਚੇ ਪੰਜਾਬ ਦੇ ਪਹਿਲੀ ਵਾਰ ਹੋਇਆ JEE ਦਾ ਟੈਸਟ ਪਾਸ ਕਰ ਗਏ, ਸਰਕਾਰੀ ਸਕੂਲਾਂ ਦੇ ਬੱਚੇ। ਔਰ 10ਵੀਂ 'ਚੋਂ, 8ਵੀਂ 'ਚੋਂ, 12ਵੀਂ 'ਚੋਂ ਫਸਟ ਕੌਣ? ਸਰਕਾਰੀ ਸਕੂਲਾਂ ਦੇ ਬੱਚੇ। ਮਤਲਬ 700 'ਚੋਂ 699 ਨੰਬਰ ਲੈ ਕੇ ਆਉਂਦੇ, ਕਿਉਂਕਿ ਟੀਚਰ ਆ ਗਏ, ਟੀਚਰਾਂ ਨੂੰ ਸਿੰਗਾਪੁਰ ਤੋਂ ਟ੍ਰੇਨਿੰਗ ਦਵਾਤੀ। ਅਤੇ ਇਸੇ ਤਰ੍ਹਾਂ ਹੈਲਥ ਦੇ ਵਿੱਚ ਹੋਇਆ, ਇਸੇ ਤਰ੍ਹਾਂ ਬਿਜਲੀ ਦੇ ਵਿੱਚ ਹੋਇਆ, ਇਸ ਤਰ੍ਹਾਂ ਇਨਫਰਾਸਟ੍ਰਕਚਰ 'ਚ ਹੋਇਆ। ਅਸੀਂ ਲੱਗੇ ਰਹਾਂਗੇ। ਔਰ ਸਭ ਤੋਂ ਵੱਡਾ ਫੈਸਲਾ ਜਿਹੜਾ ਪਹਿਲਾ ਫੈਸਲਾ ਸੀ 16 ਮਾਰਚ ਨੂੰ, ਜਦੋਂ
ਸੌ ਚੁੱਕੀ ਖਟਕੜ ਕਲਾਂ ਤਾਂ ਸੌ ਚੁੱਕਣ ਤੋਂ ਸੌ ਚੁੱਕਣ ਤੋਂ ਬਾਅਦ ਜਦੋਂ ਚਾਰਜ ਲਿਆ ਤਾਂ ਸਭ ਤੋਂ ਪਹਿਲਾਂ ਫੈਸਲਾ ਇਹ ਸੀਗਾ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਚਾਹੇ ਡੀਸੀ ਦਫ਼ਤਰ ਹੈ ਚਾਹੇ ਤਹਿਸੀਲਦਾਰ ਦਾ ਦਫ਼ਤਰ ਹੈ ਚਾਹੇ ਕੋਈ DSP ਦਾ ਦਫ਼ਤਰ ਹੈ ਚਾਹੇ ਕੋਈ ਵੀ ਸਰਕਾਰੀ ਦਫ਼ਤਰ ਉੱਥੇ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਉੱਥੇ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੂਗੀ ਉਹ ਲੱਗੀ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਕ ਨੇ ਸੰਵਿਧਾਨ ਬਣਾਇਆ ਇੱਕ ਨੇ ਦੇਸ਼ ਬਣਾਇਆ ਤਾਂ ਇਹਨਾਂ ਦੋਨਾਂ ਦੀ ਫੋਟੋ ਲੱਗੀ ਹੋਈ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡਾਕਟਰ ਸੁੱਖੀ ਜੀ ਇਹਨਾਂ ਦੋਨਾਂ ਨੂੰ ਰੀਪ੍ਰਜੈਂਟ ਕਰਦੇ ਆ ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ MLA ਨੇ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਦੀ ਸੋਚ ਦੇ ਧਾਰਨੀ ਨੇ ਸਾਡੀ ਪਾਰਟੀ ਨੂੰ ਅੱਜ ਬਹੁਤ ਬਲ ਮਿਲਿਆ ਔਰ ਸਾਨੂੰ ਇੱਕ ਐਸਾ ਨੇਤਾ ਜਿਹੜਾ ਦਵੇ ਕੁਚਲੇ ਲੋਕਾਂ ਦੀਆਂ ਸਮੱਸਿਆਵਾਂ ਜਾਣਦਾ ਖੁਦ ਉਹਨੇ ਪਿੰਡ ਤੇ ਹਟਾਈਆਂ ਹੋਈਆਂ ਨੇ ਉਹ ਸਾਡੀ ਪਾਰਟੀ ਜੁਆਇਨ ਕਰ ਰਿਹਾ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਇਹਨਾਂ ਦੇ ਤਜਰਬੇ ਦਾ ਇਹਨਾਂ ਦੇ ਐਕਸਪੀਰੀਅੰਸ ਦਾ ਆਉਣ ਵਾਲੇ ਦਿਨਾਂ 'ਚ ਅਸੀਂ ਇਸਤੇਮਾਲ ਵੀ ਕਰਾਂਗੇ ਔਰ ਜੋ ਵੀ ਇਹਨਾਂ ਦੇ ਸਾਥੀ ਆ ਇਹਨਾਂ ਨਾਲ ਸੰਗਠਨ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰਾਂ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਮਿਲ ਕੇ ਕੰਮ ਕਰਾਂਗੇ ਹੁਣ ਮੈਂ ਇੱਕ ਮਿੰਟ ਲਈ ਕਹੂੰਗਾ ਡਾਕਟਰ ਸੁੱਖੀ ਜੀ ਇੱਕ ਪਹਿਲਾਂ ਮੈਂ ਜੁਆਇਨਿੰਗ ਦਾ ਰਸਮ ਅਦਾ ਕਰਨ ਉਸ ਤੋਂ ਬਾਅਦ ਸੁੱਖੀ ਜੀ ਬੋਲੇ ਵੈਲਕਮ ਸਰ ਇਹ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਡਾਕਟਰ ਸੁਖਵਿੰਦਰ ਸੁੱਖੀ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਜੋ ਹੈ ਉਹ ਫੜ ਲਿਆ ਗਿਆ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਬੰਗਾ ਤੋਂ ਵਿਧਾਇਕ ਸੀ ਅਕਾਲੀ ਦਲ ਦੇ ਤੇ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕਰ ਲਈ ਗਈ ਹੈ ਸੀਐਮ ਭਗਵੰਤ ਮਾਨ ਲਾਈਵ ਤਸਵੀਰਾਂ ਤੁਸੀਂ ਵੇਖ ਪਾ ਰਹੇ ਸੀਐਮ ਭਗਵੰਤ ਮਾਨ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਹੀ ਸੀਐਮ ਦੇ ਵੱਲੋਂ ਹੀ ਉਹਨਾਂ ਨੂੰ ਪਾਰਟੀ ਜੁਆਇਨ ਕਰਵਾਈ ਔਰ ਉਹਨਾਂ ਦੇ ਨਾਲ ਡਾਕਟਰ ਸੰਦੀਪ ਪਾਠਕ ਜੀ ਮੇਰੇ ਜਿਹੜੇ ਬਹੁਤ ਨੇੜੇ ਦੇ ਸਾਥੀ ਹੈ ਮੇਰੇ ਨਾਲ ਵਿਧਾਨ ਸਭਾ 'ਚ ਪਿਛਲੀ ਵਾਰੀ ਦੇ ਨਾਲ ਸੀ ਸਰਦਾਰ ਕੁਲਵੰਤ ਸਿੰਘ ਪੰਡੋਈ ਸਾਹਿਬ ਔਰ ਅੱਜ ਮੇਰੇ ਨਾਲ ਜੋ ਮਾਣ ਪ੍ਰਾਪਤ ਕਰ ਰਹੇ ਆ ਸ਼੍ਰੀ ਸੋਹਣ ਲਾਲ ਟੰਡਾ ਜੀ ਜਿਹੜੇ ਸ਼ਹੀਦ ਭਗਤ ਸਿੰਘ SC Wing ਦੇ ਪ੍ਰਧਾਨ ਨੇ ਔਰ ਸਮੁੱਚੇ ਮੇਰੇ ਨਾਲ ਆਏ ਸਾਥੀ ਪ੍ਰੈਸ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ CM ਸਾਹਿਬ ਦਾ ਔਰ ਡਾਕਟਰ ਸੰਦੀਪ ਪਾਠਕ ਜੀ ਦਾ ਧੰਨਵਾਦ ਕਰਦਾ ਕਿ ਮੈਨੂੰ ਉਸ ਵੇਲੇ ਉਹਨਾਂ ਨੇ ਜੁਆਇਨ ਕਰਾਇਆ ਮੈਨੂੰ ਲੱਗਦਾ ਕਿ ਇਸ ਪਾਰਟੀ ਦੇ 92 MLA ਹੋਣ ਉਹਨਾਂ ਨੂੰ ਸ਼ਾਇਦ ਦੂਸਰੇ MLA ਦੀ ਲੋੜ ਨਹੀਂ ਪੈਂਦੀ ਔਰ ਅੱਜ ਮੈਂ ਇਹ ਮਾਣ ਮਹਿਸੂਸ ਕਰ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਇੱਕ ਸਿਪਾਹੀ ਬਣ ਜਾ ਰਿਹਾ ਮੈਂ ਉਸ ਹਲਕੇ ਤੋਂ ਆਉਣਾ ਜਿੱਥੇ ਸ਼ਹੀਦ ਸਰਦਾਰ ਭਗਤ ਸਿੰਘ ਦਾ ਜੱਦੀ ਪਿੰਡ ਹੈ ਔਰ ਮੇਰੀ ਇਹ ਸਦਾ ਹੀ ਇਹ ਦਿਲੀ ਖਾਹਿਸ਼ ਵੀ ਰਹੀ ਹੈ ਕਿ ਉਹ ਹਲਕਾ ਜਿੱਥੇ ਸ਼ਹੀਦ ਸਰਦਾਰ ਭਗਤ ਸਿੰਘ ਨੇ ਆਪਣਾ ਬਚਪਨ ਬਿਤਾਇਆ ਹੋਵੇ ਔਰ ਸਾਨੂੰ ਅੱਜ ਕਿ ਜੇ ਮੈਂ MLA ਹਾਂ ਜਾਂ ਅਸੀਂ ਸਾਰੇ ਹੀ ਆਜ਼ਾਦੀ ਦਾ ਨਿਗਮ ਆਏ ਉਹ ਸ਼ਹੀਦ ਸਰਦਾਰ ਭਗਤ ਸਿੰਘ ਦੀ ਬਦੌਲਤ ਹੈ ਔਰ ਮੈਨੂੰ ਉਹਨਾਂ ਰਹਿਬਰਾਂ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਜਿਨ੍ਹਾਂ ਨੇ ਸਾਨੂੰ ਡਾਕਟਰ ਅੰਬੇਡਕਰ ਦਾ ਜੋ ਸਾਡੇ ਅਤੇ ਉਹਨਾਂ ਦੇ ਅਹਿਸਾਨ ਨੇ ਜੋ ਸਾਡੇ ਲਈ ਉਹਨੇ ਕੀਤਾ ਔਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਜਦੋਂ ਮੈਂ CM ਸਾਹਿਬ ਨੂੰ ਇਹ ਕਿਹਾ ਕਿ
ਕਿ ਸ਼ਹੀਦੇ ਸਰਦਾਰ ਭਗਤ ਸਿੰਘ ਦੇ ਪਿੰਡ ਵਿੱਚ ਸਹੁੰ ਚੁੱਕੀ ਹੈ। ਮੈਂ ਜਿਸ ਦਿਨ ਇਹਨੇ ਸਹੁੰ ਚੁੱਕੀ ਸੀ ਮੈਂ ਉਸ ਦਿਨ ਉਸ ਸਹੁੰ ਸਮਾਗਮ ਦੇ ਵਿੱਚ ਹਾਜ਼ਰ ਸੀ। ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਸ਼ਹੀਦੇ ਸਰਦਾਰ ਭਗਤ ਸਿੰਘ ਜੀ ਉਹਨਾਂ ਦੇ ਨਾਂ 'ਤੇ ਇੱਕ ਮੈਡੀਕਲ ਕਾਲਜ ਬਣਾਓ, ਤਾਂ ਇਹਨਾਂ ਨੇ ਵਿਦਆਊਟ ਐਨੀ ਹੈਜੀਟੇਸ਼ਨ ਉਸੇ ਵੇਲੇ ਕਿਹਾ ਕਿ ਮੈਂ ਇਸ ਧਰਤੀ 'ਤੇ ਮੈਡੀਕਲ ਕਾਲਜ ਜ਼ਰੂਰ ਬਣਾਊਂਗਾ। ਮੈਂ ਸਮਝਦਾ ਕਿ ਉਹ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਔਰ ਜਦੋਂ ਸਭ ਤੋਂ ਜ਼ਿਆਦਾ ਜੋ ਮੈਨੂੰ ਇੰਪ੍ਰੈਸ ਕੀਤਾ, ਇੱਕ ਦਿਨ ਮੈਂ ਵਿਧਾਨ ਸਭਾ ਦੇ ਵਿੱਚ ਇੱਕ ਨੈਪਸੀ ਦਾ ਮੈਂ ਦੱਸਿਆ ਸੀ ਕਿ ਉਹ ਬੜੀ ਕਰਪਟ ਕਿਸਮ ਦਾ ਆਦਮੀ ਹੈ, ਬੜੀ ਕਰਪਸ਼ਨ ਕਰਦਾ। ਔਰ ਬਾਈ ਚਾਂਸ ਸੀ ਐਮ ਸਾਹਿਬ ਉੱਥੇ ਬੈਠੇ ਸੀ, ਇਹਨਾਂ ਨੇ ਮੈਨੂੰ ਉੱਥੋਂ ਬੁਲਾ ਲਿਆ। ਅਸੀਂ ਕ੍ਰੋਸ ਤਾਂ ਨਹੀਂ ਕਰ ਸਕਦੇ, ਪਰ ਮੈਂ ਜੋ ਉੱਪਰੋਂ ਘੁੰਮ ਕੇ ਆਇਆ, ਕਦੀ ਮੈਨੂੰ ਲੱਗਦਾ ਨਹੀਂ ਕਿ ਓਪੋਜੀਸ਼ਨ ਦਾ MLA ਸੀ ਐਮ ਸਾਹਿਬ ਨੂੰ ਵਿਧਾਨ ਸਭਾ ਦੇ ਅੰਦਰ ਜਾ ਕੇ ਵਿੱਚ ਨਾਲ ਬੈਠਿਆ ਹੋਵੇ। ਔਰ ਇਹਨਾਂ ਨੇ ਮੈਨੂੰ ਕਿਉਂਕਿ ਇਸ਼ਾਰਾ ਕਰਕੇ ਬੁਲਾਇਆ ਸੀ, ਤਾਂ ਮੈਂ ਇਹਨਾਂ ਨੂੰ ਕਿਹਾ ਕਿ ਉਹ ਬੜਾ ਕਰਪਟ ਹੈ, ਦੱਸ ਕਰਨਾ ਕੀ ਆ। ਮੈਂ ਕਿਹਾ ਜੀ ਤੁਸੀਂ ਦੱਸ, ਤੁਸੀਂ ਜੋ ਤੁਸੀਂ ਸੀ ਐਮ ਹੋ, ਮੈਂ ਤੁਹਾਨੂੰ ਆਪਣੀ ਪ੍ਰੋਬਲਮ ਦੱਸੀ ਕਿ ਉਹ ਬਹੁਤ ਕਰਪਟ ਹੈ, ਲੋਕਾਂ ਨੂੰ ਲੜਦਾ। ਇਹਨਾਂ ਨੇ ਉਸੇ ਵੇਲੇ ਆਰਡਰ ਕੀਤੇ ਕਿ ਇਹਨੂੰ ਸਸਪੈਂਡ ਕਰੋ, ਇਹ ਉੱਥੇ ਬੰਗਿਆਂ 'ਚ ਰਹਿਣਾ ਨਹੀਂ ਚਾਹੀਦਾ। ਪਰ ਜਦੋਂ ਮੈਂ ਸ਼ਾਮ ਤੱਕ ਪਹੁੰਚਿਆ ਤਾਂ ਉਹ ਬੰਦਾ ਉੱਥੇ ਨਹੀਂ ਸੀ। ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਸੀ ਐਮ ਨਾਲ, ਇਸ ਤਰ੍ਹਾਂ ਦੇ ਪਾਰਟੀ ਨਾਲ ਕੰਮ ਕੀਤਾ ਜਾ ਸਕਦਾ। ਸੋ ਮੈਂ ਅੱਜ ਇਹਨਾਂ ਨੂੰ ਜੁਆਇਨ ਕਰ ਰਿਹਾ, ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਇਹਨਾਂ ਦੇ ਨਾਲ ਵਫਾਦਾਰੀ ਨਾਲ ਕੰਮ ਕਰੂੰਗਾ। ਔਰ ਇਹੀ ਵਜ੍ਹਾ ਹੈ ਕਿ ਮੈਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ। ਜੀ ਕੋਈ ਸਵਾਲ? ਇਹ ਮੈਂ ਕਾਨੂੰਨ ਜਿਹੜੀ ਪੱਖ ਹੈ ਦਾ ਦੇਖ ਕੇ ਦੇਖ ਲਿਆ ਜਾਏਗਾ ਜੋ ਵੀ ਹੋਇਆ। ਦੇਖੋ ਮੈਨੂੰ ਅਕਾਲੀ ਦਲ ਨੇ ਬੜਾ ਮਾਨ ਸਨਮਾਨ ਦਿੱਤਾ, ਮੈਂ ਦੋ ਵਾਰੀ MLA ਅਕਾਲੀ ਦਲ ਤੋਂ ਹੀ ਬਣਿਆ। ਮੇਰੀ ਅਕਾਲੀ ਦਲ ਨਾਲ ਕੋਈ, ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੇਰੀ ਕੋਈ ਪ੍ਰੋਬਲਮ ਨਹੀਂ, ਪਰ 7 ਸਾਲ ਦੇ ਵਿੱਚ, ਕਿਉਂਕਿ ਮੈਂ ਦੂਸਰੀ ਵਾਰੀ MLA ਬਣਿਆ, ਔਰ ਮੈਨੂੰ 7.5-8 ਸਾਲ ਹੋ ਗਏ ਕਿ ਮੈਂ MLA ਬਣੇ ਨੂੰ। ਪਰ ਪਿਛਲੀ ਵਾਰੀ ਕਾਂਗਰਸ ਸਰਕਾਰ ਨੇ ਵੀ ਜਿਹੜਾ ਬੰਗਾ ਹਲਕਾ ਸੀ ਉਹ ਬੜਾ ਇਗਨੋਰਡ ਸੀ। ਔਰ ਇਸ ਵਾਰੀ ਮੈਂ ਸੋਚਦਾ ਹਾਂ ਕਿ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜਿਸ ਧਰਤੀ ਤੋਂ ਸਹੁੰ ਚੁੱਕੀ ਹੈ, ਉਹ ਪੰਜਾਬ ਦਾ 1 ਨੰਬਰ ਦਾ ਹਲਕਾ ਹੋਣਾ ਚਾਹੀਦਾ। ਔਰ ਮੈਨੂੰ ਮੇਰੇ ਤੋਂ ਪਹਿਲਾਂ ਇਹਨਾਂ ਨੇ, ਮੇਰੇ ਮੰਗਣ ਤੋਂ ਬਿਨਾਂ ਹੀ ਇਹਨਾਂ ਨੇ ਗੱਲ ਰਸਤੇ 'ਚ ਵੀ ਮੈਨੂੰ ਕਹੀ, ਇੱਥੇ ਵੀ ਕਹੀ, ਅਸੀਂ ਉਹਨੂੰ ਡਿਵੈਲਪ ਕਰਨਾ ਚਾਹੁੰਦੇ ਹਾਂ। ਔਰ ਮੈਂ ਸਮਝਦਾ ਕਿ ਇੱਕੋ ਇੱਕ ਵੱਡਾ ਕਾਰਨ ਹੈ ਕਿ ਮੈਂ ਬੰਗਾ ਹਲਕੇ ਦਾ, ਜਿਹਨਾਂ ਨੂੰ ਮੈਂ ਜਵਾਬ ਦੇ ਹਾਂ, ਉਹਨਾਂ ਦੀ ਡਿਵੈਲਪਮੈਂਟ ਦੇ ਲਈ, ਉਹਨਾਂ ਦੇ ਹਰ ਪੱਖੋਂ ਉਹਨਾਂ ਨੂੰ ਖੁਸ਼ਹਾਲ ਕਰਨ ਦੇ ਲਈ, ਮੈਂ ਵੀ ਸਮਝਦਾ ਕਿ ਮੈਨੂੰ ਇਹ ਪਾਰਟੀ ਜੁਆਇਨ ਕਰ ਲੈਣੀ ਚਾਹੀਦੀ ਸੀ, ਇਸ ਕਰਕੇ ਕੀਤੀ। ਨਹੀਂ, ਅਸੀਂ ਕੋਈ ਟਾਰਗੇਟ ਕਰਕੇ ਕੋਈ ਜੁਆਇਨਿੰਗ ਨਹੀਂ ਕਰਾਉਂਦੇ ਕਿ ਇਹਦੇ ਨਾਲ ਐਂ ਹੋ ਜੂਗਾ। ਅਸੀਂ ਚਾਹੁੰਦੇ ਹਾਂ ਕਿ ਜੇ ਹਰੇਕ ਪਾਰਟੀ ਚੰਗੇ ਬੰਦੇ ਵੀ ਹੈਗੇ, ਸਾਰੇ ਸੁਖਬੀਰ ਵੱਲ ਥੋੜ੍ਹੀ ਹੁੰਦੇ, ਚੰਗੇ ਵੀ ਹੈਗੇ ਕਈ, ਤਾਂ ਫਿਰ ਜਿਹੜੇ ਚੰਗੇ ਬੰਦੇ ਨੇ ਉਹ ਕਿਤੇ ਜਾਣਗੇ ਫਿਰ? ਜੇ ਪਾਰਟੀ ਹੋਈ ਉਹਨਾਂ ਦੀ ਇੱਕ ਐਸੇ ਧੜੇਬੰਦੀ ਦਾ ਸ਼ਿਕਾਰ ਹੋ ਗਈ, ਪਰਿਵਾਰਵਾਦ ਦਾ ਸ਼ਿਕਾਰ ਹੋ ਗਈ, ਤਾਂ ਜਿਹੜੇ ਚੰਗੇ ਬੰਦੇ ਨੇ ਪੋਲੀਟਿਕਸ 'ਚ, ਫਿਰ ਉਹ ਥੋੜ੍ਹੀ ਨਾਲ ਜਿਹੜੇ ਨੇ ਉਹ ਆਪਣੀ ਬਲੀ ਦੇਣਗੇ, ਉਹ ਲੜੀ ਜਾਣ ਆਪਣਾ ਜਿੰਨਾ ਜਿੱਥੇ ਲੜਨਾ ਹੁਣ, ਉਹ ਉਹਨਾਂ ਦੀ ਲੜਾਈ ਆਪਣੀ ਪਰਿਵਾਰ ਦੀ ਜਾਂ ਆਪਣੀ ਕੁਰਸੀ ਦੀ ਹੈ, ਸਾਡੀ ਲੜਾਈ ਪੰਜਾਬ ਦੀ, ਆਮ ਲੋਕਾਂ ਦੀ, ਦਬੇ ਕੁਚਲੇ ਗਰੀਬਾਂ ਗੁਰਬਿਆਂ ਦੀ ਲੜਾਈ ਹੈ ਸਾਡੀ। ਨਹੀਂ ਨਹੀਂ, ਸਾਡੀ ਪਾਰਟੀ ਦੀ ਆਈਡੀਆਲੋਜੀ ਦਾ ਜਿਸ ਦਿਨ ਅਰਵਿੰਦ ਜੀ ਨੇ ਪਾਰਟੀ ਬਣਾਈ ਸੀ, ਉਸ ਦਿਨ ਕਿਹਾ ਸੀ ਕਿ ਦੂਜੀਆਂ ਪਾਰਟੀਆਂ 'ਚ ਵੀ
ਚੰਗੇ ਲੋਕ ਨੇ ਆਓ ਸਾਡੇ ਕੋਲ। ਅਕਾਲੀ ਦਲ ਦੀ ਹੁਣ ਕਾਹਦੀ ਆਈਡੀਓਲੋਜੀ ਬਚੀ ਹੈ ਜੀ? ਹਜੇ ਵੀ ਆਈਡੀਓਲੋਜੀ ਦੀ ਗੱਲ ਕਰੀ ਜਾਂਦੇ, ਉਹਨਾਂ ਦੀ ਟੈਨਸ਼ਨ ਉਦੋਂ ਤੱਕ ਉਹਨਾਂ ਦੀ ਆਈਡੀਓਲੋਜੀ ਬਚੀ ਹੈ ਕੋਈ? ਨਹੀਂ ਸਾਡਾ ਹੋਰ ਕਿਸੇ ਨਾਲ ਕੋਈ ਜਿੱਥੇ ਰਾਬਤਾ ਕਾਇਮ ਹੋਇਆ ਇੱਥੇ ਲੈ ਆਵਾਂਗਾ। ਏਦਾਂ ਦਾ ਹੁਣ ਲਾਇਆ ਕਰੋ ਕਿ ਆ ਹੋ ਸਕਦਾ ਸੂਤਰ, ਇੱਕ ਤਾਂ ਮੈਨੂੰ ਸੂਤਰ ਮਿਲਾ ਦੋ ਯਾਰ, ਇੱਕ ਅੱਧਾ ਤਾਂ ਮਿਲਾ ਦੋ। ਚਲੋ ਤਾਂ ਸੂਤਰ ਬਹੁਤ ਨੇ ਤੁਹਾਡੇ ਯਾਰ, ਕਦੇ ਉਹ ਕੈਬਨਿਟ ਬਣਾ ਦਿੰਦੇ ਨੇ, ਕਦੇ ਉਹ ਪੋਰਟਫੋਲੀਓ ਵੰਡ ਦਿੰਦੇ ਨੇ, ਠੀਕ ਹੈ। ਤੋ ਕਿਰਪਾ ਕਰਕੇ ਸੂਤਰਾਂ ਤੇ ਕੰਟਰੋਲ ਰੱਖੋ ਬਸ। ਉਹੀ ਤਾਂ ਮੈਂ ਜਵਾਬ ਦਿੱਤਾ ਕਿ ਅਸੀਂ ਜਿੱਦੇ ਸਾਡੇ ਨਾਲ ਕੋਈ ਜੇ ਉਹਦਾ ਮਨ ਮਿਲੂਗਾ ਸਾਨੂੰ ਤਾਂ ਬਹੁਤ ਚੰਗੇ ਲੱਗਦੇ ਨੇ। ਜੇ ਗਾਹਾਂ ਮੂਹਰੋਂ ਉਹਦੇ ਮਨ ਮਿਲਣਾ ਚਾਹੀਦਾ ਨਾ, ਬਨਵੇ ਨਹੀਂ ਹੋਣਾ ਚਾਹੀਦਾ ਨਾ। ਜਿੱਦਾਂ ਕੋਈ ਹੋਰ ਬੰਦੇ ਵੀ, ਨੋਟ ਓਨਲੀ ਮਨਪ੍ਰੀਤ ਅਯਾਲੀ, ਜਿੱਦਾਂ ਕੋਈ ਕਿਸੇ ਹੋਰ ਚੰਗੇ ਬੰਦੇ ਜਾਂ ਕੋਈ ਕਿਸੇ ਅਹੁਦੇ 'ਤੇ ਵੀ ਨਹੀਂ ਹੈਗੇ, ਜਦੋਂ ਉਹ ਸਾਡੇ ਨਾਲ ਸੰਪਰਕ ਕਰਨਗੇ ਅਸੀਂ ਉਹਨਾਂ ਦਾ ਪੋਰਟਫੋਲੀਓ ਚੈੱਕ ਕਰਦੇ ਹਾਂ। ਡਾਕਟਰ ਸਾਹਿਬ ਦਾ ਜਾ ਕੇ ਪੁੱਛ ਲਿਓ ਨਵਾਂ ਸ਼ਹਿਰ 'ਚ, ਇੱਕ ਇੱਕ ਦਾਗ ਨਹੀਂ ਹੈਗਾ। ਇਹੋ ਜਿਹੇ ਚਿੱਕੜ ਵਾਲੇ ਮਾਹੌਲ 'ਚ ਦਾਮਨ ਸਾਫ਼ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਹੈ। ਸੋ ਤਾਂ ਹੀ ਡਾਕਟਰ ਸਾਹਿਬ ਸਾਡੇ ਕੋਲ ਅੱਜ ਹਿੱਸਾ ਨੇ ਪਾਟ। ਕੋਈ ਗੱਲ ਨਹੀਂ, ਇੰਟਰੋਡਕਸ਼ਨ ਹੈ, ਸਾਰਿਆਂ ਨੂੰ ਮਿਲ ਲੈਣਗੇ। ਉਹ ਕੌਣ ਕੀ ਕੰਮ ਕਰਦਾ ਹੈ, ਕੌਣ ਮਿਲ ਲੈਣ? ਨਹੀਂ ਨਹੀਂ ਹਜੇ ਤਾਂ ਅਸੀਂ ਨਵੇਂ ਆਏ ਨੇ, ਹਜੇ ਤਾਂ ਗੁਹਾਟੀ ਤੋਂ ਸਾਰਾ ਸਮਾਨ ਵੀ ਨਹੀਂ ਆਇਆ ਹੁੰਦਾ, ਠੀਕ ਹੈ। ਆ ਕੇ ਮਿਲ ਲੈਣ ਦੋ, ਕੌਣ ਕੌਣ ਸੈਕਟਰੀ ਨੇ, ਕੌਣ ਕੱਲ ਨੂੰ ਚਿੱਠੀ ਲਿਖਣੀ ਹੈ, ਕੋਈ ਕੱਲ ਨੂੰ ਕੋਈ ਕੋਈ ਆਰਡਰ ਦੇਣਾ ਹੈ, ਉਹਦੇ ਬਾਅਦ ਦੇਖਾਂਗੇ। ਤਾਂ ਠੀਕ ਹੈ ਨਾ, ਦੇਖੋ ਇਹਨੇ ਦੇਖੋ ਨੈਸ਼ਨਲ ਹਾਈਵੇ ਅਥਾਰਟੀ ਕਹਿੰਦੀ ਹੈ, ਸਾਡਾ ਜ਼ਮੀਨ ਦਾ ਰੌਲਾ ਜੀ ਦੋ ਤਿੰਨ ਜਗ੍ਹਾ 'ਤੇ ਵੀ, ਮਤਲਬ ਸਾਡਾ ਰੇਟ ਨਹੀਂ ਬਣ ਰਿਹਾ ਸੈਂਟਰ ਨਾਲ, ਕਿਸਾਨਾਂ ਦਾ ਭਾਅ ਨਹੀਂ ਬਣ ਰਿਹਾ। ਇਹ 'ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਜੀ? ਹਰ ਗੱਲ 'ਤੇ ਕਹਿ ਦਿੰਦੇ ਨੇ ਲਾਅ ਐਂਡ ਆਰਡਰ। ਜ਼ਮੀਨ ਅਸੀਂ ਦੇਣੀ ਹੈ, ਅਸੀਂ 55 ਮੰਗਦੇ ਹਾਂ, ਉਹ 50 ਦਿੰਦੇ ਨੇ, ਅਤੇ 50 ਅਤੇ 55 'ਚ ਸੌਦਾ ਖੜਾ, ਅਤੇ ਇਹਦੇ 'ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ? ਪੰਜਾਬ ਨੂੰ ਹਰ ਵਕਤ ਉਹ ਲਾਅ ਐਂਡ ਆਰਡਰ ਦੀ ਗੱਲ ਕਿਉਂ ਲਿਖ ਦਿੰਦੇ ਨੇ? 2.5 ਸਾਲ ਹੋ ਤਾਂ ਹੋਵੇ, 16 ਮਾਰਚ ਤੋਂ ਬਾਅਦ 2.5-3 ਸਾਲ ਹੀ ਹੋਵੇ, ਪੰਜਾਬ ਦੇ ਵਿੱਚ 1 ਮਿੰਟ ਵੀ ਕਿਸੇ ਸ਼ਹਿਰ ਜਾਂ ਕਸਬੇ 'ਚ ਕਰਫਿਊ ਨਹੀਂ ਲੱਗਿਆ, ਅਤੇ ਹਰਿਆਣੇ 'ਚ ਨੂੰਹ ਦੇ ਵਿੱਚ 4 ਮਹੀਨੇ ਕਰਫਿਊ ਲੱਗਿਆ ਰਹੇ। ਤੁਸੀਂ ਸਾਨੂੰ ਲਾਅ ਐਂਡ ਆਰਡਰ ਦੱਸ ਦਿਓ ਵੀ ਕੀ ਹੁੰਦਾ? ਯੂਪੀ 'ਚ ਆਪਣਾ ਲਾਅ ਐਂਡ ਆਰਡਰ ਸੰਭਾਲ ਲਓ। ਨੰਬਰ 2, ਪੰਜਾਬ ਦੀਆਂ ਜ਼ਮੀਨਾਂ ਨੂੰ ਤੁਸੀਂ ਉੜੀਸਾ ਜਾਂ ਕਿਸੇ ਹੋਰ ਨਾਲ ਕੰਮੇ ਕੰਪੇਅਰ ਕਰ ਦੋਗੇ? ਸਾਡੀ ਉਪਜਾਊ ਜ਼ਮੀਨ ਹੈ, ਸਾਡੀ ਐਕੁਜੇਸ਼ਨ ਦਾ ਰੇਟ ਹੋਰ ਹੈ, ਉੜੀਸਾ ਦਾ ਹੋਰ ਹੈ, ਛੱਤੀਸਗੜ੍ਹ ਦਾ। ਤੁਸੀਂ ਕਹਿੰਦੇ ਜੀ ਹਮੇ ਬਿਹਾਰ ਮੇ ਹਮੇ 5 ਲੱਖ ਮੇ ਏਕੜ ਮਿਲ ਰਹਾ ਹੈ, ਆਪ 50 ਮੰਗ ਰਹੇ ਹੋ। ਬਈ ਸਾਡੀ ਜ਼ਮੀਨ ਦਾ ਫਰਕ ਹੈ ਯਾਰ, ਇਹਦਾ ਤੁਹਾਨੂੰ ਦੇਖਣਾ ਪਊਗਾ। ਹਾਂ ਤੁਸੀਂ ਜੰਮੂ ਕਸ਼ਮੀਰ ਜਾਓਗੇ ਅੱਗੇ ਕਠੂਏ ਤੋਂ ਅੱਗੇ, ਫਿਰ ਸਸਤੀਆਂ ਮਿਲਣਗੀਆਂ ਤੁਹਾਨੂੰ, ਪਹਾੜ ਹੈ ਉੱਥੇ, ਬੰਜਰ ਜ਼ਮੀਨਾਂ ਨੇ, ਹੈ ਨਹੀਂ ਕੁਛ। ਸੋ ਅਸੀਂ ਆਪਣੀ ਜ਼ਮੀਨ ਦਾ ਤਾਂ ਮੁੱਲ ਲਵਾਂਗੇ ਨਾ ਪ੍ਰੋਪਰ। ਸੋ ਇਹ ਕੋਈ ਲਾਅ ਐਂਡ ਆਰਡਰ ਦਾ ਨਹੀਂ, ਮੈਂ ਕੱਲ੍ਹ ਇਹੀ ਲਿਖਿਆ। ਜੇ ਲਾਅ ਐਂਡ ਆਰਡਰ ਹੁੰਦੀ ਤਾਂ ਕੋਈ ਪੁਲਿਸ ਨਾ ਜਾਂਦੀ ਉੱਥੇ, ਰੌਲਾ ਤਾਂ ਠੇਕੇਦਾਰਾਂ ਦਾ ਪੈਸੇ ਦੇਣ 'ਤੇ ਹੈ। ਸੋ ਅਸੀਂ 2-4 ਦਿਨਾਂ 'ਚ ਹੱਲ ਕਰ ਦਾਂਗੇ ਕੋਈ ਐਸੀ ਗੱਲ। ਨਹੀਂ ਨਹੀਂ, ਕਲੈਕਟਰ ਰੇਟ ਦਾ ਉਹਦੇ ਨਾਲ ਕੋਈ ਫਰਕ ਨਹੀਂ ਹੁੰਦਾ ਜੀ। NHAI ਦੇ ਜਿਹੜੇ ਰੇਟ ਨੇ ਨਾ, ਉਹ ਅਲੱਗ ਅਲੱਗ ਹੁੰਦੇ ਨੇ, ਉਹ ਕਿਤੇ ਕੁਛ ਹੁੰਦਾ ਕਿਤੇ ਕੁਛ ਹੁੰਦਾ। ਬਾਅਦ ਦੇ ਵਿੱਚ ਤੁਸੀਂ ਕਮਿਸ਼ਨਰ ਕੋਲ ਵੀ ਜਾ ਸਕਦੇ ਹੋ, ਅਪੀਲ ਪਾ ਸਕਦੇ ਹੋ ਕਿ ਸਾਨੂੰ ਘੱਟ ਮਿਲਿਆ। ਬਹੁਤ ਵਾਰੀ ਬਾਅਦ 'ਚ ਵੀ ਮਿਲੇ ਨੇ ਰੇਟ, ਪਰ ਇਹ ਕੋਈ ਨਹੀਂ, ਜਲਦੀ ਮਸਲਾ ਹੱਲ ਹੋ ਜਾਊਗਾ। ਅੱਜ ਸਿਰਫ
ਇੱਕ ਤਾਂ ਜਵਾਬ ਤੁਸੀਂ ਵਿੱਚ ਦਿਖੇ ਵੈਸੀ, ਮੈਂ ਕਦੋਂ ਕਿਹਾ ਪੜਕਾਉਂਦੇ ਨੇ, ਸਵਾਲ ਵੀ ਜਵਾਬ ਕਿਉਂ ਦੇ ਰਹੇ ਹੋ? ਮੈਂ ਵੀ ਇਹੀ ਕੰਮ ਕਰਤਾ ਹੂੰ ਪਿਛਲੇ 25 ਸਾਲ ਸੇ, ਬੋਲਨੇ ਕਾ ਕੰਮ ਕਰਤਾ ਹੂੰ ਮੈਂ ਵੀ, ਮੈਂ ਕੋਈ ਗੈਸ ਬੈਲਡਿੰਗ ਨਹੀਂ ਕਰਤਾ ਥਾ ਪਹਿਲੇ। ਸਟੇਕ ਹੋਲਡਰਸ ਕੋ ਮਿਲੂੰਗਾ ਜਿਨਕੀ ਜ਼ਮੀਨ ਹੈ ਔਰ ਉਨਕੇ ਸਾਰੇ ਜੋ ਹੱਕ ਹੈ ਉਨਕੋ ਮਿਲੇਗੇ। ਥੈਂਕ ਯੂ। ਤੇ ਡਾਕਟਰ ਸੁਖਵਿੰਦਰ ਸੁੱਖੀ ਦੇ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਗਈ ਹੈ, ਇਸ ਦੇ ਵਿਚਾਲੇ ਤਮਾਮ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ। ਸੀਐਮ ਨੇ ਕਿਹਾ ਕਿ ਡਾਕਟਰ ਸੁੱਖੀ ਨੇ ਅੱਜ ਤੱਕ ਸਿਰਫ ਆਪਣੇ ਲੋਕਾਂ ਦੀ ਹੀ ਗੱਲ ਕੀਤੀ, ਆਪਣੇ ਹਲਕੇ ਦੀ ਹੀ ਗੱਲ ਕੀਤੀ ਹੈ। ਵਿਧਾਨ ਸਭਾ 'ਚ ਵੀ ਡਾਕਟਰ ਸੁੱਖੀ ਨੇ ਹਲਕੇ ਦੇ ਮੁੱਦੇ ਮੇਰੇ ਸਾਹਮਣੇ ਚੁੱਕੇ, ਮੇਰੇ ਸਾਹਮਣੇ ਰੱਖੇ, ਮੇਰੇ ਕੋਲੋਂ ਡਾਕਟਰ ਸੁੱਖੀ ਹਲਕੇ ਦੀਆਂ ਵੰਗਾਂ ਰੱਖਦੇ ਰਹੇ ਨੇ ਅਤੇ ਸਾਡੀ ਪਾਰਟੀ ਹੋਰ ਮਜ਼ਬੂਤ ਹੋਈ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਨੂੰ ਹੋਰ ਵੀ ਬਲ ਮਿਲਿਆ ਹੈ, ਸਮਾਜ ਸੇਵਾ ਕਰਦੇ ਨੇ ਡਾਕਟਰ ਸੁੱਖੀ। ਇਸ ਦੇ ਵਿਚਾਲੇ ਉਹਨਾਂ ਦੇ ਤਜ਼ਰਬੇ ਦਾ ਜੋ ਹੈ ਇਸਤੇਮਾਲ ਪਾਰਟੀ 'ਚ ਬਾਖੂਬੀ ਕੀਤਾ ਜਾਏਗਾ ਅਤੇ ਆਉਣ ਵਾਲੇ ਦਿਨਾਂ 'ਚ ਡਾਕਟਰ ਸੁਖਵਿੰਦਰ ਸੁੱਖੀ ਨੂੰ ਹੋਰ ਵੀ ਜੋ ਕਈ ਜ਼ਿੰਮੇਵਾਰੀਆਂ ਦੇ ਨਾਲ ਨਵਾਜ਼ਿਆ ਜਾਏਗਾ। ਤਮਾਮ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ, ਤਸਵੀਰਾਂ ਹੈ ਕੁਝ ਹੀ ਮਿੰਟ ਪਹਿਲਾਂ ਦੀਆਂ ਤਸਵੀਰਾਂ ਜੋ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਡਾਕਟਰ ਸੁਖਵਿੰਦਰ ਸੁੱਖੀ ਜੋ ਕਿ ਅਕਾਲੀ ਦਲ ਦੇ ਵਿਧਾਇਕ ਸੀ ਬੰਗਾ ਤੋਂ, ਉਹਨਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਮੂਲ ਕਰਵਾਈ ਗਈ ਹੈ। ਪਟਕਾ ਪਾ ਕੇ ਆਮ ਆਦਮੀ ਪਾਰਟੀ ਜੁਆਇਨ ਕਰਦੇ ਹੋਏ ਡਾਕਟਰ ਸੁਖਵਿੰਦਰ ਸੁੱਖੀ ਤਸਵੀਰਾਂ 'ਚ ਨਜ਼ਰ ਆ ਰਹੇ ਨੇ। ਹਾਲਾਂਕਿ ਡਾਕਟਰ ਸੁਖਵਿੰਦਰ ਸੁੱਖੀ ਦੇ ਵੱਲੋਂ ਕਿਹਾ ਗਿਆ ਹੈ ਕਿ ਮਾਨ ਸਨਮਾਨ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਪੂਰਾ ਦਿੱਤਾ ਗਿਆ ਹੈ, ਪਰ ਉਹਨਾਂ ਦਾ ਅਹਿਮ ਏਜੰਡਾ ਸੀ ਉਹਨਾਂ ਦੇ ਹਲਕੇ ਦੀ ਡਿਵੈਲਪਮੈਂਟ।